ਮਰੀਜ਼ ਦਾ ਨਾਮ ਆ ਨੀਲਾ ਨਸੀਮਾ ਜੀ। ਅਸੀਂ ਸਾਡੇ ਪਹਿਲੇ ਵੀ ਵੱਡੇ ਤਿੰਨ ਆਪਰੇਸ਼ਨ ਹੋਏ ਜਿਹਦੇ ਵਿੱਚ ਸਾਡੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਅਤੇ ਸਾਡੇ ਘਰ ਦੇ ਹਾਲਾਤ ਬਹੁਤ ਨਾਜ਼ੁਕ ਸੀ ਅਤੇ ਪਹਿਲੇ ਵੀ ਅਸੀਂ ਆਪਰੇਸ਼ਨ ਜਿਹੜਾ ਕੋਈ ਸਰਕਾਰੀ 'ਚੋਂ ਕਰਵਾਏ ਕੋਈ ਪੈਸੇ ਫੜ ਫੁੜ ਕੇ ਕਰਵਾਇਆ ਸੀ। ਚੌਥੇ ਆਪਰੇਸ਼ਨ ਵਾਸਤੇ ਸਾਡੇ ਕੋਲ ਇੰਨੀ ਰਕਮ ਨਹੀਂ ਆਇਆ ਸੀ। ਅਸੀਂ ਰਜ਼ਵਾਨ ਡਾਕਟਰ ਰਜ਼ਵਾਨ ਦੇ ਕੋਲ ਆਏ ਅਤੇ ਫਿਰ ਉਹਨਾਂ ਨੂੰ ਅਸੀਂ ਆਪਣੇ ਘਰ ਦੇ ਹਾਲਾਤ ਦੱਸੇ। ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ TH ਅਦਾਰਾ ਹੈ ਉਹਦੀ ਤਰਫੋਂ ਤੁਹਾਡਾ ਆਪਰੇਸ਼ਨ ਅਸੀਂ ਜਿਹੜਾ ਨਾ ਫਰੀ ਕਰਵਾ ਦਾਂਗੇ, ਤੁਸੀਂ ਫਾਈਲ ਜਮ੍ਹਾਂ ਕਰਵਾ ਦਿਓ। ਅਸੀਂ ਫਿਰ ਫਾਈਲ ਇੱਥੇ ਜਮ੍ਹਾਂ ਕਰਵਾਈ। ਫਿਰ ਅਸੀਂ 29 ਤਰੀਕ ਨੂੰ ਦੁਬਾਰਾ ਇੱਥੇ ਆਪਰੇਸ਼ਨ ਵਾਸਤੇ ਆਏ ਅਤੇ ਸਾਡਾ ਵੱਡਾ ਆਪਰੇਸ਼ਨ ਹੋਇਆ। ਆਪਰੇਸ਼ਨ ਠੀਕ ਹੋਇਆ, ਕਾਮਯਾਬ ਹੋਇਆ, ਕੋਈ ਪੈਸਾ ਨਹੀਂ ਲੱਗਾ, ਕੋਈ ਇੱਕ ਰੁਪਈਆ ਵੀ ਉਹਨਾਂ ਨੇ ਸਾਡੇ ਕੋਲੋਂ ਨਹੀਂ ਲਿਆ। ਬੱਚਾ ਵੀ ਸਫਲ, ਬੇਟੀ ਪੈਦਾ ਹੋਈ ਹੈ, ਬੇਟੀ ਮਾਸ਼ਾਅੱਲਾ ਠੀਕ ਆ, ਅਤੇ ਮਰੀਜ਼ ਸਾਡਾ ਨੀਲਾ ਨਸੀਮ ਉਹ ਵੀ ਮਾਸ਼ਾਅੱਲਾ ਠੀਕ ਆ ਜੀ। ਕੋਈ ਇਹਨਾਂ ਨੇ ਸਾਡੇ ਕੋਲ ਰੁਪਈਆ ਨਹੀਂ ਲਿਆ। TH ਅਦਾਰੇ ਦਾ ਅਸੀਂ ਬੇਹੱਦ ਮਸ਼ਹੂਰ ਹਾਂ ਜੀ।